ਬੇਅਦਬੀ ਮਾਮਲੇ 'ਚ ਬਾਦਲ ਪਿਓ ਪੁੱਤ ਤੋਂ ਬਾਅਦ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅੱਜ SAT ਅੱਗੇ ਪੇਸ਼ ਹੋਣਗੇ। ਡਾਕਟਰ ਚੀਮਾ ਨੂੰ ਸੰਮਣ ਭੇਜ ਕੇ ਫਰੀਦਕੋਟ ਕੈਂਪ ਦਫ਼ਤਰ ਵਿੱਚ ਪੇਸ਼ ਹੋਣ ਦੇ ਹੁਕਮ ਸੁਣਾਏ ਗਏ ਸੀ। ਉੱਧਰ ਡਾਕਟਰ ਚੀਮਾ ਦੇ ਪੇਸ਼ ਹੋਣ ਤੋਂ ਪਹਿਲਾਂ ਆਪਣੇ ਚੀਮਾ ਨੂੰ ਬਾਦਲਾਂ ਤੋਂ ਵੀ ਵੱਡਾ ਦੋਸ਼ੀ ਕਰਾਰ ਦਿੱਤਾ ਹੈ। ਚੰਡੀਗੜ੍ਹ 'ਚ ਬੇਅਦਬੀ ਮਾਮਲੇ ਸੰਬੰਧੀ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਆਪ ਵਿਧਾਇਕ ਅਮਰਜੀਤ ਸਿੰਘ ਸੰਧੋਆ ਅਤੇ ਉਹਨਾਂ ਨਾਲ ਆਏ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਦਾ ਮੁਆਫ਼ੀਨਾਮਾ ਡਾਕਟਰ ਚੀਮਾ ਹੀ ਲੈ ਕੇ ਆਏ ਸਨ। ਉਹਨਾਂ ਨੇ ਕਿਹਾ ਕਿ ਜੇਕਰ SIT ਦਲਜੀਤ ਚੀਮਾ ਨੂੰ ਜਾਂਚ 'ਚ ਸ਼ਾਮਿਲ ਕਰ ਲੈਂਦੀ ਹੈ ਅਤੇ ਉਹਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਕਈ ਅਹਿਮ ਖੁਲਾਸੇ ਹੋ ਸਕਦੇ ਨੇ। ਦੇਖੋ, ਜੋ ਬਰਗਾੜੀ ਕਾਂਡ ਦੇ ਵਿੱਚ ਜੋ ਇੱਕ SIT ਬਣੀ ਸੀਗੀ ਬੇਅਦਬੀ ਨੂੰ ਲੈ ਕੇ, ਉਸ ਸੰਬੰਧ ਦੇ ਵਿੱਚ ਸਾਡੇ ਰੋਪੜ ਤੋਂ MLA ਅਮਰਜੀਤ ਸਿੰਘ ਸੰਧੋਆ ਜੀ ਨੇ ਇੱਕ ਤਕਰੀਬਨ ਮਹੀਨਾ ਪਹਿਲਾਂ ਇੱਕ ਐਪਲੀਕੇਸ਼ਨ ਦਿੱਤੀ ਸੀਗੀ DGP ਪੰਜਾਬ ਨੂੰ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਡਾਕਟਰ ਦਲਜੀਤ ਸਿੰਘ ਚੀਮਾ, ਕਿਉਂਕਿ ਉਹ ਉਸ ਸਮੇਂ ਦੇ ਮਿਨਿਸਟਰ ਸੀ ਔਰ ਬਾਦਲ ਕੁਨਬੇ ਦੇ ਇੱਕ ਬਹੁਤ ਸਲਾਹਕਾਰ ਸੀਗੇ, ਨਜ਼ਦੀਕੀ ਸੀ ਉਹਨਾਂ ਦੇ, ਔਰ ਇੱਕ ਪ੍ਰਗਟ ਸਿੰਘ ਜਿਹੜੇ ਕਿ MLA ਨੇ ਜਲੰਧਰ ਤੋਂ, ਉਹਨਾਂ ਨੇ ਇੱਕ ਖੁਲਾਸਾ ਕੀਤਾ ਸੀਗਾ ਕਿ ਕਿਉਂਕਿ ਪ੍ਰਗਟ ਸਿੰਘ ਉਸ ਸਮੇਂ ਅਕਾਲੀ ਦਲ ਦੇ ਵਿੱਚ ਸੀਗੇ, ਜਦੋਂ ਇਹ ਬੇਅਦਬੀ ਦਾ ਕਾਂਡ ਹੋਇਆ ਸੀਗਾ, ਬੇਅਦਬੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ ਔਰ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਪ੍ਰਗਟ ਸਿੰਘ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਤਕਰੀਬਨ 10 MLA ਬੈਠੇ ਸੀਗੇ ਅਤੇ ਉੱਥੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀਨਾਮਾ ਲੈ ਕੇ ਆਏ ਸੀਗੇ ਸਰਸੇ ਵਾਲੇ ਡੇਰੇ ਦੇ ਮੁਖੀ ਰਾਮ ਰਹੀਮ ਲਈ, ਅਤੇ ਆ ਕੇ ਦਲਜੀਤ ਸਿੰਘ ਚੀਮਾ ਨੇ ਖੁਸ਼ਖਬਰੀ ਸੁਣਾਈ ਸੀ ਕਿ ਅਕਾਲ ਤਖ਼ਤ ਨੇ ਜਿਹੜਾ ਮਾਫ਼ੀਨਾਮਾ ਹੈ ਉਹ ਦੇ ਦਿੱਤਾ ਹੈ। ਔਰ ਉਸ ਤੋਂ ਬਾਅਦ ਜਿਹੜੀ ਬੰਬੇ ਦੇ ਵਿੱਚ ਅਕਸ਼ੈ ਕੁਮਾਰ ਦੇ ਘਰ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਵੀ ਦਲਜੀਤ ਸਿੰਘ ਚੀਮਾ ਦਾ ਅਹਿਮ ਰੋਲ ਸੀਗਾ, ਇਹ ਖੁਲਾਸਾ ਜਿਹੜਾ ਉਸ ਸਮੇਂ ਹੋਇਆ ਸੀਗਾ। ਸੋ ਹੁਣ ਪਿਛਲੇ ਸਮੇਂ ਦੇ ਵਿੱਚ ਜਦੋਂ SIT ਬਣੀ ਹੈ, ਜਿਹਦੇ 'ਚ ਬਾਦਲਸ ਨੂੰ ਸੰਮਨ ਕੀਤਾ ਗਿਆ ਹੈ, ਅਕਸ਼ੈ ਕੁਮਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ, ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਇਸ ਸਾਰੇ ਐਪੀਸੋਡ ਦੇ ਵਿੱਚ ਬਹੁਤ ਗੰਭੀਰਤਾ ਨਾਲ ਅਤੇ ਨੇੜਤਾ ਨਾਲ ਜੁੜੇ ਹੋਏ ਸੀਗੇ, ਅਹਿਮ ਤੱਥ ਸਬੂਤ ਉਹਨਾਂ ਕੋਲ ਸੀਗੇ। ਸੋ ਇਸ ਲਈ ਸਾਰੀ ਜਾਣਕਾਰੀ ਹੈ ਜਿਹੜੀ, ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ, ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਇਸ ਮਕਸਦ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਸਾਡੇ MLA ਅਮਰਜੀਤ ਸਿੰਘ ਸੰਧੋਆ ਜੀ ਨੇ ਮਹੀਨਾ ਪਹਿਲਾਂ DGP ਨੂੰ ਇਹ ਦਰਖਾਸਤ ਦਿੱਤੀ ਸੀਗੀ, ਅਤੇ ਉਹ ਜਿਹੜੀ ਦਰਖਾਸਤ ਹੈ ਮਾਰਕ ਹੋ ਕੇ IG ਵਿਜੇ ਪ੍ਰਤਾਪ ਜਿਹੜੇ ਕਿ ਸਿੱਟ ਦੇ ਮੈਂਬਰ ਨੇ ਉਹਨਾਂ ਕੋਲ ਆਈ ਹੈ। ਸੋ ਉਹਨਾਂ ਨੇ ਕੱਲ੍ਹ ਨੂੰ ਦੱਸਿਆ ਸਾਨੂੰ ਹੁਣੇ ਕਿ ਕੱਲ੍ਹ ਨੂੰ ਦਲਜੀਤ ਸਿੰਘ ਚੀਮਾ ਨੂੰ ਬੁਲਾਇਆ ਵੀ ਹੈ, ਅਤੇ ਅੱਜ ਅਮਰਜੀਤ ਸਿੰਘ ਸੰਧੋਆ ਜੀ ਨੂੰ ਉਹਨਾਂ ਨੇ ਆਪਦੀ ਸਟੇਟਮੈਂਟ ਰਿਕਾਰਡ ਕਰਨ ਲਈ ਬੁਲਾਇਆ ਸੀਗਾ। ਸੋ ਇਸ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹਾਂ, ਅਤੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸਿੱਟ ਗੰਭੀਰਤਾ ਦੇ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ, ਲੱਗਦਾ ਕਿ ਦੁੱਧ ਦੁੱਧ ਪਾਣੀ ਦਾ ਪਾਣੀ ਬੜੀ ਜਲਦੀ ਹੋਏਗਾ, ਅਤੇ ਜਿਹੜੇ ਦੋਸ਼ੀ ਨੇ ਉਹ ਚਾਹੇ ਕਿੰਨੇ ਵੀ ਵੱਡੇ ਅਤੇ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ, ਅਜਿਹੇ ਪਾਪ ਲਈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ, ਅਜਿਹੇ ਪਾਪ ਦੀ ਮਾਫ਼ੀ ਕਿਸੇ ਨੂੰ ਨਹੀਂ ਮਿਲਣੀ ਚਾਹੀਦੀ ਹੈ। ਦੇਖੋ, SIT ਦੇ ਜਿਹੜੇ ਮੁਖੀ ਸੀਗੇ DGP ਸਾਹਿਬ, ਉਹਨਾਂ ਨੂੰ ਮੈਂ ਆਪ ਮੰਗ ਪੱਤਰ ਦਿੱਤਾ ਸੀ ਕਿ ਚੀਮਾ ਸਾਹਿਬ ਨੂੰ ਵਿੱਚ ਸ਼ਾਮਿਲ ਕੀਤਾ ਜਾਵੇ ਇਸ ਜਾਂਚ ਦਾ ਵਿੱਚ। ਜਿਹੜਾ ਪੂਰਾ ਮਾਸਟਰ ਮਾਈਂਡ ਹੈ, ਬਾਦਲਾਂ ਦਾ ਮਾਸਟਰ ਮਾਈਂਡ ਹੈ, ਇਹ ਡਾਕਟਰ ਦਲਜੀਤ ਚੀਮਾ ਹੈ। ਸਾਰੇ ਇਹਦੇ ਥਰੂ ਹੀ ਜਿੰਨੇ ਵੀ ਪਾਪ ਕੀਤੇ ਗਏ ਹੈ, ਇਹਦੇ ਥਰੂ ਹੀ ਕੀਤੇ ਗਏ ਹੈ। ਚਾਹੇ ਉਹ ਮਾਫ਼ੀਨਾਮਾ ਅੰਮ੍ਰਿਤਸਰ ਤੋਂ ਅਕਾਲ ਤਖ਼ਤ ਤੋਂ ਲੈ ਕੇ ਆਇਆ, ਜੋ ਵੀ ਮੀਟਿੰਗਾਂ ਕਰਾਉਂਦਾ ਇਹੀ ਕਰਾਉਂਦਾ ਸੀ,
ਜੋ ਮੈਂ ਇਹਨਾਂ ਨੂੰ ਕਿਹਾ ਵੀ ਪੂਰਾ ਮਾਸਟਰ ਮਾਈਂਡ ਇਹ ਹੈ ਇਹਨਾਂ ਦੀ ਜਾਂਚ ਵਿੱਚ, ਔਰ ਮੈਂ ਵਿਧਾਨ ਸਭਾ 'ਚ ਵੀ ਪਿਛਲੇ ਸੈਸ਼ਨ 'ਚ ਜਦੋਂ SIT 'ਤੇ ਰਿਪੋਰਟ 'ਤੇ ਜਸਟਿਸ ਰਣਜੀਤ ਸਿੰਘ ਦੀ 'ਤੇ ਬਹਿਸ ਹੋ ਰਹੀ ਸੀ, ਮੈਂ ਉੱਥੇ ਵੀ ਕਿਹਾ ਸੀ ਵਿਧਾਨ ਸਭਾ ਦੇ ਵਿੱਚ ਕਿ ਇਹਨਾਂ ਦੇ ਵੀ ਬਰਾਬਰ ਪਰਚਾ ਕੀਤਾ ਜਾਵੇ, ਕਿਉਂਕਿ ਸਾਰਾ ਕਾਰਵਾਈ ਦਾ ਜਿਹੜਾ ਮਾਸਟਰ ਮਾਈਂਡ ਹੈ ਡਾਕਟਰ ਦਲਜੀਤ ਚੀਮਾ ਹੈ, ਇਹਨੂੰ ਬਣਦੀ ਕਾਰਵਾਈ 'ਤੇ ਹੋਣੀ ਚਾਹੀਦੀ ਹੈ। ਔਰ ਮੇਰੀ ਮੰਗ ਨੂੰ ਜਾਇਜ਼ ਕਰਦੇ ਹੋਏ ਕੱਲ੍ਹ 29 ਤਰੀਕ ਨੂੰ ਇਹਨਾਂ ਨੇ ਫਰੀਦਕੋਟ ਕੈਂਪ ਵਿੱਚ ਬੁਲਾ ਲਿਆ ਹੈ, ਔਰ ਪੂਰਾ ਦੇ ਪੂਰਾ ਰੋਲ ਜਿਹੜਾ ਹੈ ਬਾਦਲਾਂ ਦਾ ਘੱਟ ਹੈ, ਸ਼ਾਇਦ ਵੱਡਾ ਰੋਲ ਡਾਕਟਰ ਦਲਜੀਤ ਚੀਮੇ ਦਾ ਹੈ, ਉਹ ਆਪਣਾ SIT ਦੀ ਰਿਪੋਰਟ ਜੋ ਵੀ ਆਏਗਾ ਤੁਹਾਡੇ ਸਾਹਮਣੇ ਫੈਸਲਾ ਜੀ। ਦੱਸ ਦਈਏ ਕਿ ਇਸ ਤੋਂ ਪਹਿਲਾਂ SIT ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਣੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਡਾਕਟਰ ਦਲਜੀਤ ਚੀਮਾ ਦੀ SIT ਪੇਸ਼ੀ ਤੋਂ ਬਾਅਦ ਮਾਮਲੇ ਵਿੱਚ ਹੋਰ ਕਿਹੜਾ ਨਵਾਂ ਤੱਥ ਨਿਕਲ ਕੇ ਸਾਹਮਣੇ ਆਉਂਦਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।